ਪਹਿਲਾਂ ਤੇ ਏਸ਼ੀਆ ਪੰਜਾਬੀ ਟੀਵੀ ਦੇ ਅਤੇ ਹੋਰ ਇਹ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸultanpur Lodhi ਦਾ ਮੈਂ ਹਾਲਤਾਂ ਨੂੰ ਦੱਸਣ ਲੱਗਾ ਕਿ 2007 ਵਿੱਚ ਤੇਜਜੀ ਚੀਮੇ ਨੇ ਇਲੈਕਸ਼ਨ ਲੜੀ ਸੀਗੀ ਇਹਨੂੰ ਪਹਿਲੀ ਵਾਰ ਕਾਂਗਰਸ ਦੀ ਟਿਕਟ ਮਿਲੀ ਸੀ ਇਹਦੇ ਇਸ ਇਨਸਾਨ ਕੋਲ 6 ਕਿੱਲੇ ਪੈਲੀ ਸੀ ਅਤੇ ਇਨੂੰ ਟਿਕਟ ਮਿਲ ਗਈ ਕਾਂਗਰਸ ਆਈ ਦੀ ਇਹਨੇ ਉਹ ਟਿਕਟ ਲੜੀ ਔਰ ਕਿਸੇ ਨੇ ਬੰਦੇ ਨੇ ਸੋਚਿਆ ਨਹੀਂ ਸੀਗਾ ਕਿ ਇਹ ਬੰਦਾ ਜਿੱਤ ਜਾਊਗਾ ਕਿਸੇ ਨੇ ਕੋਈ ਫੰਡ ਨਹੀਂ ਦਿੱਤਾ ਉਹ ਇਲੈਕਸ਼ਨ 'ਚ ਹਾਰ ਗਿਆ ਔਰ ਇਲੈਕਸ਼ਨ ਦੇ ਦਰਮਿਆਨ ਇਹਨੂੰ ਆਪਣੀ ਡੇਢ ਕਿੱਲਾ ਪੈੜੀ ਵੇਚਣੀ ਪਈ ਉਸ ਤੋਂ ਬਾਅਦ ਫਿਰ ਇਹਨੂੰ 12 ਟਿਕਟ ਮਿਲੀ ਇਹਦੇ ਕੋਲ 4.5 ਕਿੱਲੇ ਜ਼ਮੀਨ ਤੇ ਬੂਸੂਵਾਲ 'ਚ ਮਕਾਨ ਸੀ ਫਿਰ ਇਹ ਚੋਣ ਜਿੱਤ ਗਿਆ ਕਿਉਂਕਿ ਅਸੀਂ ਇਹਦੇ ਨਾਲ ਆ ਗਏ ਇਹ ਐਮਐਲਏ ਬਣ ਗਿਆ 2017 'ਚ ਵੀ ਟਿਕਟ ਮਿਲੀ ਉਸੇ ਪ੍ਰਾਪਰਟੀ ਤੇ ਫਿਰ ਇਹ ਜਿੱਤ ਗਿਆ ਐਮਐਲਏ ਬਣ ਗਿਆ ਸਰਕਾਰ ਬਣ ਗਈ। ਔਰ ਸਰਕਾਰ ਬਣਦੇ ਹੀ ਸਾਰ ਇਸ ਵਿਅਕਤੀ ਨੇ ਸ਼ੁਰੂ ਕਰ ਦਿੱਤਾ ਕਿ ਸultanpur ਲੋਧੀ ਦੇ ਲੋਕਾਂ ਨੂੰ ਲੁੱਟਣਾ ਆਪਣੀ ਮਰਜ਼ੀ ਨਾਲ ਸਾਰੇ ਅਫਸਰ ਲਵਾਏ ਜਿਨ੍ਹਾਂ ਦਾ ਵੱਖਰੇ ਵੱਖਰੇ ਰੇਟ ਰੱਖੇ ਕਿ ਜੇ ਕੋਈ ਗੈਚਟ ਅਫਸਰ ਆ ਡੀਐਸਪੀ ਐਸਟੀਐਮ ਕੋਈ ਹੋਰ ਆ ਉਹਦਾ ਵੱਖਰਾ ਰੇਟ ਆ ਜਿਹੜੇ ਸੱਤਰ ਮਾਰਕੀਟ ਕਮੇਟੀ ਹੈ ਜਾਂ ਵੀਡੀਓ ਤਹਿਸੀਲਦਾਰ ਉਹਨਾਂ ਦਾ ਹੋਰ ਰੇਟ ਆ ਇਸੇ ਤਰ੍ਹਾਂ ਹੀ ਇਹ ਇਸਨੇ ਪੈਸੇ ਇਕੱਠੇ ਕਰਦਿਆਂ ਕਰਦਿਆਂ ਇਹਦੇ ਮੂੰਹ ਨੂੰ ਖੂਨ ਲੱਗ ਗਿਆ ਫਿਰ ਸultanpur Lodhi ਵਿੱਚ ਕਾਲੇ ਬੱਦਲ ਛਾ ਗਏ ਤੇ ਕੈਪਟਨ ਅਮਰਿੰਦਰ ਸਿੰਘ ਜੀ 549 ਸਾਲ ਨੂੰ ਟ੍ਰਾਇਲ ਵਜੋਂ ਨੈਣ ਆਏ ਔਰ 2450 ਕਰੋੜ ਰੁਪਏ ਲਾਨ ਕਰਕੇ ਗਏ ਔਰ ਕਹਿ ਕੇ ਗਏ ਕਿ ਸ੍ਰੀ ਬੇਸਬਾਬ ਦੇ ਆਲੇ ਦੁਆਲੇ ਦੀਆਂ 10 ਕਿਲੋਮੀਟਰ ਦੀਆਂ ਜਿਹੜੀਆਂ ਸੜਕਾਂ ਐ ਉਹਨਾਂ ਨੂੰ 18 ਫੁੱਟ ਚੌੜੀਆਂ ਕਰਕੇ ਬੜੀਆਂ ਵਧੀਆ ਤੇ ਸ਼ਾਨਦਾਰ ਬਣਾ ਦਿੱਤੀਆਂ ਜਾਣ ਪਰ ਇਸ ਵਿਅਕਤੀ ਨੇ ਉੱਤੇ ਕੋਈ ਅਮਲ ਨਹੀਂ ਕੀਤਾ ਉਸ ਤੋਂ ਬਾਅਦ 550ਵੇਂ ਬਰੇ ਤੇ ਉਹ 550 ਕਰੋੜ ਰੁਪਇਆ ਅਨਾਉਂਸ ਕਰਕੇ ਗਏ ਕੁੱਲ 3000 ਕਰੋੜ ਰੁਪਇਆ ਅਨਾਉਂਸ ਹੋ ਗਿਆ ਪਰ ਇਸ ਵਿਅਕਤੀ ਨੇ ਸਿਰਫ ਥੋੜੀਆਂ-ਬੋਤੀਆਂ ਆਪਣੇ ਚਾਹੇਤੀਆਂ ਦੀਆਂ ਸੜਕਾਂ ਬਣਾਈਆਂ ਜਿੱਤੇ ਮੇਰੇ ਅਨੁਸਾਰ 2 ਜਾਂ 3 ਕਰੋੜ ਰੁਪਇਆ ਲੱਗਾ ਹੋਊਗਾ ਬਾਕੀ ਸਾਰਾ ਪੈਸਾ ਹੜੱਪ ਕਰ ਗਿਆ ਫਿਰ ਇਸ ਨਾਲ ਵੀ ਇਸ ਦੀ ਤਮੰਨਾ ਨਹੀਂ ਪਰੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਪੈਸੇ ਖਾਣ ਨਾਲ ਵੀ ਫਿਰ ਇੱਕ ਜਿਵੇਂ ਕਾਲ ਯੁਗ ਦੇ ਵਿੱਚ ਕੋਰ ਅੰਧੇਰ ਪੈਂਦਾ ਤੇ ਕਾਲੇ ਬੱਦਰ ਛਾਉਂਦੇ ਆ ਫਿਰ ਇਸ ਨੇ ਸਰਬਜੀਤ ਐਸਚੋ ਨੂੰ ਲੈ ਆਂਦਾ ਔਰ ਸਰਬਜੀਤ ਐਸਚੋ ਨੇ ਦੋ ਪੇਪਰ ਰੱਖ ਲਏ ਇੱਕ ਅਨਪੇਸ ਪੇਪਰ ਕੇ ਇੱਕ ਬਰਾਤਕਾਰ ਦਾ ਕੇਸ ਤਾਂ ਇੱਕ ਚਿੱਟੇ ਦਾ ਕੇਸ ਤਾਂ ਸਾਰੇ ਸੁਲਤਾਨਪੁਰ ਲੋਧੀ ਦੇ ਸਰਮਾਇਦਾਰ ਵਿਅਕਤੀਆਂ ਨੂੰ ਬੁਲਾਇਆ ਜਾਂਦਾ ਔਰ ਐਸਚੋ ਬਕਾਇਦਾ ਬਿਸਕੁਟਾਂ ਨਾਲ ਉਹਨਾਂ ਨੂੰ ਚਾਹ ਪੀਂਦਾ ਔਰ ਬਾਅਦ ਵਿੱਚ ਉਹਨਾਂ ਨੂੰ ਦੱਸਦਾ ਕਿ ਆ ਦੋ ਅਨਟ੍ਰੈਸ ਕੇਸ ਮੇਰੇ ਕੋ ਪਏ ਨੇ ਜੇ ਸ਼ਾਮ ਦੇ 5 ਵਜੇ ਤੱਕ ਤੁਸੀਂ 5 ਲੱਖ ਰੁਪਈਆ ਲੈ ਕੇ ਆ ਜਾਓ ਤੇ ਅਸੀਂ ਕੋਈ ਕਾਰਵਾਈ ਤੁਹਾਡੇ ਖਿਲਾਫ ਨਹੀਂ ਕਰਾਂਗੇ ਨਹੀਂ ਤੇ ਇਹਨਾਂ ਦੋਹਾਂ ਵਿੱਚੋਂ ਇੱਕ ਕੇਸ ਤੁਹਾਡੇ ਕੋ ਫਿੱਟ ਕਰ ਦਿਆਂਗੇ ਸੁਲਤਾਨਪੁਰ ਨਿਹਾਇਤ ਇੱਕ ਸ਼ਰੀਫ ਲੋਕਾਂ ਦਾ ਸ਼ਹਿਰ ਆ ਔਰ ਉਥੋਂ ਦੇ ਸਾਰੇ ਆਰਤੀਆਂ ਨੇ ਸਾਰੇ ਸਰਮਾਇਦਾਰ ਲੋਕਾਂ ਨੇ ਐਸਚੋ ਸਰਬਜੀਤ ਸਿੰਘ ਨੂੰ ਜਿਹੜਾ ਟੀਮਾ ਸਾਹਿਬ ਦੀ ਦਿਸ਼ਾ ਨਿਰਦੇਸ਼ ਛੇਟ ਕੰਮ ਕਰਦਾ ਸੀ 5-5 ਲੱਖ ਰੁਪਈਆ ਦੇ ਦਿੱਤਾ ਸਿਰਫ ਇੱਕ ਰਕੇਸ਼ ਨੀਟੂ ਬੀਜੇਪੀ ਦਾ ਪ੍ਰਧਾਨ ਸੀ ਉਦੋਂ ਉਹੜਿਆ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਇੱਕ ਰਜੀਵ ਧੀਰ ਸੀ ਉਹੜਿਆ ਕਿ ਮੈਂ ਨਹੀਂ ਪੈਸੇ ਜਨੇ ਅਸੀਂ ਤੇ ਇਹਨਾਂ ਗੱਲਾਂ ਬਾਰੇ ਕੋਈ ਜਾਣਦੇ ਨਹੀਂ ਉਹਦੇ ਤੇ ਵੀ ਬ੍ਰਾਤ ਕਰਦਾ ਕੇਸ ਫਿੱਟ ਕੀਤਾ ਗਿਆ ਔਰ ਜਿਹੜਾ ਔਰ ਇਹਨਾਂ ਦੇ ਮੂੰਹੇ ਲਊ ਏਸ ਹੱਦ ਤੱਕ ਲੱਗ ਗਿਆ ਕਿ ਇਹਨਾਂ ਨੇ ਕੋਈ ਸ਼ਰਮ ਹਿਜਾ ਨਹੀਂ ਰੱਖੀ ਮਤਲਬ ਪੈਸੇ ਇਕੱਠੇ ਕਰਨ ਦਾ ਹਰ ਹੀਲਾ ਵਰਤਿਆ ਔਰ ਇਥੋਂ ਤੱਕ ਕਿ ਇਸ ਐਮਰ ਦੀ ਛਤਰ ਛਾਇਆ ਹੇਠ ਐਸ ਐਚਓ ਸਰਬਜੀਤ ਨੇ ਕਥੂ ਨੰਗਲ ਤੋਂ 24 ਜੇਬ ਕਤਰੀਆਂ ਲਿਆਂਦੀਆਂ ਔਰ ਉਹਨਾਂ ਨੂੰ ਥਾਣੇ ਵਿੱਚ ਬਿਠਾ ਕੇ ਰੱਖਿਆ ਗਿਆ ਔਰ 550ਵੇਂ ਸਾਲ ਤੇ ਉਥੇ ਸਤ ਗੁਰਦੁਆਰਾ ਸਹਿਬਾਨ ਨੇ ਸਾਰੇ ਗੁਰਦਰਾਨ ਦੇ ਵਿੱਚ ਉਹਨਾਂ ਨੂੰ ਲੋਕਾਂ ਦੀਆਂ ਜੇਬਾਂ ਕੱਟਣ ਲਈ ਭੇਜਿਆ ਗਿਆ ਔਰ ਉਹਨਾਂ ਜੇਬ ਕੱਟੀਆਂ ਕੋ 8 ਲੱਖ ਰੁਪਏ ਪਰ ਡੇ ਲਿਆ ਜਾਂਦਾ ਸੀ ਇਸ ਤੋਂ ਵੱਧ ਕਿਹੜੀ ਮਾਰੀ ਗੱਲ ਹੋ ਸਕਦੀ ਹੈ ਜਦੋਂ ਅਸੀਂ ਸਮਝਦੇ ਹਾਂ ਕਿ ਇਹੋ ਜਿਹਾ ਹਨੇਰ ਪੈ ਜਾਏ ਫਿਰ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਅੱਲਾ ਪ੍ਰਭੂ ਰਾਮ ਕੋਈ ਨਾ ਕੋਈ ਉੱਥੇ ਅਵਤਾਰ ਭੇਜਦਾ ਹੈ ਔਰ ਉੱਥੇ ਉਸਨੇ 2022 ਵਿੱਚ ਇਸ ਬੰਦੇ ਦਾ ਹਿਸਾਬ ਚੁਕਤਾ ਕਰਨ ਲਈ ਇੰਦਰ ਦੇਵਤਾ ਨੂੰ ਭੇਜਿਆ ਔਰ ਅਸੀਂ ਮਹਿਸੂਸ ਕਰਦੇ ਹਾਂ ਇੰਦਰ ਦੇਵਤਾ ਦੇ ਰੂਪ ਵਿੱਚ ਇੰਦਰ ਪ੍ਰਤਾਪ ਸਿੰਘ ਜੀ ਆਏ ਜਿਨ੍ਹਾਂ ਨੇ ਇਹ ਕਾਲੇ ਢੇਰੇ ਦੂਰ ਕੀਤੇ ਔਰ ਨਵਤੇਜ ਸਿੰਘ ਚੀਮਾ ਦੀਆਂ ਅੱਖਾਂ ਖੋਲੀਆਂ ਕਿ ਮੇਰੇ ਕੀਤੇ ਹੋਏ ਪਾਪਾਂ ਦਾ ਭਾਂਡਾ ਭੱਜ ਗਿਆ ਔਰ ਬਹੁਤ ਛੇਤੀ ਭੱਜਿਆ ਕਿਉਂਕਿ ਗੁਰੂ ਘਰ ਦੇ ਰਿਆ ਅੰਧੇਰ ਨਹੀਂ ਔਰ ਬਹੁਤ ਹੀ ਛੇਤੀ ਉਹ ਪਾਪਾਂ ਦਾ ਭਾਂਡਾ ਭੱਜ ਗਿਆ ਔਰ ਜਿਹਦਾ ਰਿਜ਼ਲਟ 10 ਤਰੀਕ ਨੂੰ ਆਪਣੇ ਸਾਹਮਣੇ ਆ ਜਾਣਾ ਹੈ ਇਸ ਬੰਦੇ ਦੀ ਚੌਥੀ ਪੋਜੀਸ਼ਨ ਹੋਣੀ ਉੱਥੇ ਸੁਲਤਾਨਪੁਰ ਲੋਧੀ ਵਿੱਚ ਸੁਲਤਾਨਪੁਰ ਲੋਧੀ ਵਿੱਚ ਫਸਫਾ ਮੁਕਾਬਲਾ ਆ ਰਾਣਾ 인ਦਰ ਪ੍ਰਤਾਪ ਵਿੱਚ ਅਤੇ ਸੱਜਨ ਸਿੰਘ ਉਸ ਵਿਚਾਰੇ ਨੇ ਆਪਣੇ ਨਾਂ ਨਾਲ ਹੀ ਚੀਮਾ ਲਾ ਦਿੱਤਾ ਕਿਉਂਕਿ ਜਦੋਂ ਵੇਖਿਆ ਕਿ ਇੱਥੇ ਕੋਰ ਪਾਪ ਕੋਰ ਅਨਿਆਏ ਕੀਤਾ ਹੈ ਨਤੇ ਸਿੰਘ ਚੀਮੇ ਨੇ ਤੇ ਉਸ ਦਾ ਨਾਂ ਸੱਜਨ ਸਿੰਘ ਚੀਮਾ ਸੀ ਉਹਨੇ ਚੀਮਾ ਨਾਂ ਨੂੰ ਹਟਾ ਦਿੱਤਾ ਤੇ ਇਕੱਲਾ ਸੱਜਨ ਸਿੰਘ ਰੱਖਿਆ ਇਹ ਚੀਮਾ ਕਾਦੇ ਵਾਸਤੇ ਲੜਨਾ ਇਹੋ ਜੀ ਸਥਿਤੀ ਸultanpurodi ਵਿੱਚ ਬਣੀ ਹੋਈ ਸੀ ਪਰ ਲੋਕ ਤੇ ਕਿਹੜੇ ਦੁਆ ਚੀਮਿਆਂ 'ਚ ਮੁਕਾਬਲਾ ਨਹੀਂ ਕੋਈ ਦੁਆ ਚੀਮਿਆਂ ਵਿੱਚ ਮੁਕਾਬਲਾ ਨਹੀਂ ਸਿਰਫ ਇੰਦਰ ਪ੍ਰਤਾਪ ਸਿੰਘ ਅਤੇ ਸੱਜਨ ਸਿੰਘ ਦੇ ਵਿੱਚਕਾਰ ਮੁਕਾਬਲਾ ਆ ਔਰ ਸੁਖਬੀਰ ਬਾਦਲ ਦੀ ਜਿਹੜਾ ਕਿ 5 ਕਰੋੜ ਰੁਪਇਆ ਲੈ ਕੇ ਉਹਨੇ ਇੱਕ ਕਾਂਗਰਸੀ ਮਿਲਖ ਫੈਟ ਦੇ ਚੇਅਰਮੈਨ ਨੂੰ ਟਿਕਟ ਦਿੱਤੀ ਏ ਉਹਦਾ ਉਮੀਦਵਾਰ ਤੀਜੇ ਨੰਬਰ ਤੇ ਆਊਗਾ ਚੀਮਾ ਸਾਹਿਬ ਦਾ ਮੁਕਾਬਲਾ ਮੇਰੇ ਨਾਲ ਆ ਅਸੀਂ ਜਬਰਦਸਤ ਫਾਈਟ ਦੇਵਾਂਗੇ ਚੌਥੇ ਨੰਬਰ ਲਈ ਦੋਵਾਂ ਚੋ ਸਾਡੇ ਚੋ ਕਿਹੜਾ ਚੌਥੇ ਨੰਬਰ ਤੇ ਆਉਂਦਾ ਆਪਦੇ ਜਿਹੜੇ ਕਹਿ ਰਹੇ ਹੋ ਵੀ ਮੈਂ ਚੌਥੇ ਨੰਬਰ ਲਈ ਲੜ ਰਿਹਾ ਕਿਉਂਕਿ ਮੈਂ ਜੇ ਸਾਂਝਾ ਪੰਜਾਬ ਲਈ ਇੰਟਰੂ ਦਿੱਤੀ ਹੈ ਜਾਂ ਤੁਹਾਡੇ ਤੇਰੇ ਟੈਲੀਫੋਨ ਤੇ ਇੰਟਰੂ ਦਿੱਤੀ ਹੈ ਤੇ ਮੈਂ ਕਦੀ ਝੂਠ ਨਹੀਂ ਬੋਲਿਆ ਮੈਂ ਨਹੀਂ ਕਹਿੰਦਾ ਕਿ ਮੈਂ ਲੱਖਾਂ ਵੋਟਾਂ ਲੈ ਕੇ ਜਿੱਤ ਜਾਊਂਗਾ ਮੈਂ ਸੱਚ ਬੋਲ ਰਿਹਾ ਤੁਹਾਨੂੰ ਲੜਨੀ ਵੀ ਤੁਹਾਡੇ ਤੇ ਪਾਰਟੀ ਕਾਰਵਾਈ ਕਰੂਗੀ ਤੁਸੀਂ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨੀ ਜਾ ਰਹੇ ਨਹੀਂ ਪਾਰਟੀ ਨੂੰ ਮੈਂ ਪਹਿਲਾਂ ਹੀ ਆਪਣੇ ਪ੍ਰਧਾਨ ਸਾਹਿਬ ਨੂੰ ਦੱਸ ਕੇ ਆ ਗਿਆ ਕਿ ਉੱਥੇ ਜਿੰਨੇ ਬੇਤਰੰ ਤਰੀਕੇ ਨਾਲ ਰਾਣਾ ਸਾਹਿਬ ਨੇ ਚੋਣ ਲੜੀ ਏ ਔਰ ਜਿੰਨਾ ਉਹਨਾਂ ਨੇ ਉੱਥੇ ਪੈਸਾ ਖਰਚਿਆ ਜੇ ਤੋਨਾ ਦੀ ਹੋਣੀ ਆ ਦੂਏ ਵਿਰੋਧੀ ਕਹਿ ਰਹੇ ਸੀ ਕਿ ਤੁਸੀਂ ਇਹ ਰਾਣਾ ਸਾਹਿਬ ਦੀ ਮਦਦ ਕਰ ਰਹੇ ਸੀ ਕਿ ਪਹਿਲਾਂ ਤੁਹਾਡੇ ਦਾ ਰੂਪ ਲੱਗ ਰਿਹਾ ਹੁਣ ਤਾਂ ਤੁਸੀਂ ਸੜਿਆਂ ਮੰਨੀ ਜਾ ਰਹੇ ਆ ਕੱਲ ਨਹੀਂ ਮੰਨੀ ਨਹੀਂ ਜਾ ਰਹੇ ਰਾਣਾ ਸਾਹਿਬ ਦੀ ਮਦਦ ਕੀਤੀ ਏ ਰਾਣਾ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਮੇਰੇ ਗੁਰੂ ਸਮਾਨ ਨੇ ਮੈਂ ਹਮੇਸ਼ਾ ਉਹਨਾਂ ਦੀ ਇੱਜ਼ਤ ਕਰਦਾ ਰਿਹਾ ਇੱਜ਼ਤ ਕਰਦਾ ਰਹੂੰਗਾ ਔਰ ਹਮੇਸ਼ਾ ਹੀ ਕਰਦਾ ਰਹਾਂਗਾ ਉਹ ਸਾਡੇ ਗੁਰੂ ਸਮਾਨ ਨੇ ਮੈਂ ਸਿਆਸਤ ਵਿੱਚ 2002 ਤੋਂ ਉਹਨਾਂ ਨਾਲ ਹੀ ਕੰਮ ਕਰ ਰਿਹਾ ਤੁਸੀਂ ਇਹ ਚੋਣ ਹੋਣੀ ਲੜਨੀ ਜਾਂ ਅੱਗੇ ਵੀ ਸਿਆਸਤ ਚਲਾਉਂਗੇ ਮੈਂ ਅੱਗੇ ਵੀ ਸਿਆਸਤ ਚਲਾਉਂਗਾ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੇ ਉਮੀਦਵਾਰ ਜਿਹੜੇ ਆ ਉਹ ਚੁੱਪ ਕਰਕੇ ਆਪਣੇ ਘਰਾਂ ਵਿੱਚ ਬੈਠੇ ਆ ਔਰ 10 ਤਰੀਕ ਦਾ ਇੰਤਜ਼ਾਰ ਕਰ ਰਹੇ ਆ ਮੈਂ ਇੱਕ ਦਿਨ ਵੀ ਨਹੀਂ ਬੈਠਾ ਕੱਲ ਪਰਸੋਂ ਯੂਕਰੇਨ ਦੇ ਵਿਦਿਆਰਥੀਆਂ ਸੰਬੰਧੀ ਜਿੱਥੇ ਮੈਂ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਮੰਗਪੱਤਰ ਦਿੱਤਾ ਉੱਥੇ ਜਾ ਕੇ ਸੁਲਤਾਨਪੁਰ ਲੋਧੀ ਵਿੱਚ ਬੜੀ ਸ਼ਾਨਦਾਰ ਪ੍ਰੈਸ ਕਾਨਫਰੰਸ ਕੀਤੀ ਅੱਜ ਫੇਰ ਆ ਔਰ ਮੇਰਾ ਖਿਆਲ ਸਾਂਝਾ ਪੰਜਾਬ ਦੇ ਭੱਟੀ ਸਾਹਿਬ ਅਤੇ ਇੰਦਰਜੀਤ ਇਹ ਹੋਂ ਤੁਹਾਨੂੰ ਕੀ ਲੱਗਦਾ ਕਿ ਆਉਂਦੀਆਂ ਚੋਣਾਂ ਦੇ ਵਿੱਚ ਕਿਹਦੀ ਸਰਕਾਰ ਬਣੂਗੀ ਆਉਂਦੀਆਂ ਚੋਣਾਂ ਵਿੱਚ ਬਿਲਕੁਲ ਸਪਸ਼ਟ ਆ ਕਿ ਭਾਜਪਾ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਬਣੂਗੀ ਕਿਉਂਕਿ ਤੁਸੀਂ ਸਾਰਿਆਂ న్యూਸ ਚੈਨਲ ਤੇ ਖਬਰਾਂ ਸੁਣੀ ਲਈਆਂ ਕਿ ਮੈਂ ਇਹ ਸਾਹਿਬ ਸਮਝਣੇ ਆ ਰਹੀ ਇੱਕ ਪਾਸੇ ਤੁਸੀਂ ਕਹਿ ਰਹੇ ਕਿ ਰਾਣਾ ਸਾਹਿਬ ਬਹੁਤ ਚੰਗੇ ਬੰਦੇ ਇੱਕ ਪਾਸੇ ਕਹਿ ਰਹੇ ਕਾਲੀ ਦਲ ਦੀ ਸਰਕਾਰ ਬਣੂਗੀ ਜੀ ਰਾਣਾ ਸਾਹਿਬ ਚੰਗੇ ਆ ਪਰ ਆਪਣੇ ਪਾਰਟੀ ਪ੍ਰਤੀ ਚੰਗੇ ਆ ਕਾਂਗਰਸ ਦੀ ਸਰਕਾਰ ਨਹੀਂ ਬਣਨ ਜਾ ਰਹੀ ਨਾ ਕੋਈ ਆਮ ਆਦਮੀ ਦੀ ਸਰਕਾਰ ਬਣਨ ਜਾ ਰਹੀ ਉਹ ਆਪਣੀ ਕਾਂਗਰਸਪਤੀ ਚੰਗੇ ਆ ਚੰਗੇ ਇਨਸਾਨ ਆ ਜਿਹੜਾ ਚੰਗਾ ਬੰਦਾ ਹੋਵੇ ਚਾਹੇ ਉਹ ਕਿਸੇ ਵੀ ਪਾਰਟੀ ਵਿੱਚ ਹੋਵੇ ਉਸ ਦੀ ਸ਼ੋਭਾ ਕਰਨੀ ਜ਼ਰੂਰ ਬਣਦੀ ਹੋਏ ਇੱਕ ਵਧੀਆ ਨੇਕ ਇਨਸਾਨ ਆ ਜਿਨ੍ਹਾਂ ਨੇ ਕਦੀ ਕਿਸੇ ਕੋਈ 1 ਰੁਪਏ ਤੱਕ ਦਾ ਨਹੀਂ ਲਿਆ ਔਰ ਨਵਤੇਜ ਸਿੰਘ ਚੀਮਾ ਜਿਨੇ ਕਿਸੇ ਦੀ ਜੇਬ ਵਿੱਚ 1 ਰੁਪਈਆ ਤੱਕ ਨਹੀਂ ਛੱਡਿਆ ਯੂਕਰੇਨ ਦੇ ਕਹਿੰਦੇ ਕਹਿ ਰਹੇ ਕਿ ਇੱਕ ਵਿਦਿਆਰਥੀ ਦੀ ਉੱਥੇ ਮੌਤ ਵੀ ਹੋ ਰਹੀ ਹੈ ਭਾਰਤ ਸਰਕਾਰ ਉਸੇ ਤਰ੍ਹਾਂ ਦੇ ਅਪਰਾਲੇ ਕਰ ਨਹੀਂ ਸਕੀ ਨਹੀਂ ਇਹ ਇਹ ਤੁਹਾਡੀ ਗੱਲ ਗਲਤ ਆ ਭਾਰਤ ਸਰਕਾਰ ਨੇ ਜਿੰਨੇ ਅਪਰਾਲੇ ਕੀਤੇ ਆ ਮੇਰਾ ਖਿਆਲ ਆ ਕੋਈ ਸਰਕਾਰ ਨਹੀਂ ਕਰ ਸਕਦੀ ਦੇਖੋ ਪਰਸੋਂ ਕੈਬਨਟ ਦੀ ਹਗਾਮੀ ਮੀਟਿੰਗ ਸੱਦੀ ਏ ਔਰ ਚਾਰ ਕੈਬਨਟ ਮੰਤਰੀ ਨੂੰ ਡਿਊਟੀ ਲਗਾਈ ਗਈ ਏ ਕਿ ਤੁਸੀਂ ਉਹਨਾਂ ਦੇ ਨਾਲ ਦੇ ਨਜ਼ਦੀਕੀ ਦੇਸ਼ਾਂ ਵਿੱਚ ਜਾ ਕੇ ਬੈਠਣਾ ਹੈ ਉਰੋਨੀ ਦੇ ਉਥੋਂ ਘਰ ਵਾਪਸ ਨਹੀਂ ਆਉਣਾ ਜਿੰਨੇ ਸਾਰੇ ਯੂਕਰੇਨ ਦੇ ਵਿਦਿਆਰਥੀ ਔਰ ਆਮ ਲੋਕ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਨੂੰ ਅਸੀਂ ਵਾਪਸ ਨਹੀਂ ਲੈ ਆਉਂਦੇ ਕਹਿੰਦੇ ਜਿਹੜੇ ਬੰਦੇ ਕੱਢੇ ਜਾ ਰਹੇ ਉਹ ਤਾਂ ਸਾਈਡਾਂ ਤੇ ਜਿਹੜੇ ਰਹਿ ਰਹੇ ਉਹ ਨਿਕਲ ਰਹੇ ਜਿਹੜੇ ਜਿਹੜੇ ਜ਼ਿਆਦਾ ਫਸੇ ਨਹੀਂ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਜੇ ਉਹ ਮੰਨ ਲੋ ਤੁਹਾਡੇ ਕਹਿਣ ਅਨੁਸਾਰ ਉਹ ਸਿੱਧਾ ਯੂਕਰੇਨ ਚ ਜਹਾਜ਼ ਤਾਰਦੇ ਆ ਤੇ ਹਿੰਦੁਸਤਾਨ ਦੇ ਹਵਾਈ ਜਹਾਜ਼ ਦਾ ਵੀ ਨੁਕਸਾਨ ਹੋ ਸਕਦਾ ਕੀ ਪਤਾ ਕਿਸ ਤਰ੍ਹਾਂ ਦੀ ਬੰਬਾਰੀ ਹੋਣੀ ਹੈ ਉਹ ਵਿਦਿਆਰਥੀਆਂ ਨੂੰ ਬਾਰਡਰਾਂ ਤੇ ਔਰ ਨਾਲ ਨਜ਼ਦੀਕੀ ਦੇ ਸ਼ਾਮੇ ਸੱਦ ਕੇ ਉਥੋਂ ਫਰਾਈਟਾਂ ਲੈ ਕੇ ਇੰਡੀਆ ਪਰ ਇਹ ਆਥੀ ਕਹਿ ਰਹੇ ਕਿ ਅਸੀਂ ਕਿੱਦਾਂ ਆਈਏ ਬਾਰਡਰਾਂ ਦੇ ਉੱਪਰ ਜੇ ਸਾਨੂੰ ਇਦਾਂ ਹੀ ਆਉਣਾ ਹੁੰਦਾ ਤਾਂ ਸਾਡੇ ਤੋਂ ਕੋਈ ਹਜ਼ਾਰ ਕਿਲੋਮੀਟਰ ਐ ਕਿਹੇ ਤੋਂ 600 ਕਿਲੋਮੀਟਰ ਐ ਆਉਣ-ਆਉਣ ਵਾਲੀ ਔਖਾ ਹੋ ਗਿਆ ਇਹ ਤੇ ਹੁਣ ਉਹਨਾਂ ਨੂੰ ਸਹੂਲਤਾ ਕੋਈ ਨਾ ਕੋਈ ਉਥੋਂ ਸੋਚਣਾ ਪਊਗਾ ਕੋਈ ਹੱਲ ਜਿਵੇਂ ਹੀ ਉਹਨਾਂ ਨੂੰ ਲੱਗਦਾ ਹੈ ਭਾਰਤ ਸਰਕਾਰ ਤੇ ਇੰਨਾ ਕਰ ਸਕਦੀ ਹੈ ਕਿ ਉਹ ਜੰਗ ਦੇ ਮੈਦਾਨ ਚ ਆਪਣੇ ਹਵਾਈ ਜਹਾਜ਼ ਖੜ ਕੇ ਨਹੀਂ ਉਹਨਾਂ ਨੂੰ ਲਿਆ ਸਕਦੀ ਨਜ਼ਦੀਕੀ ਦੇਸ਼ਾਂ ਵਿੱਚ ਸਾਰਿਆਂ ਦੇ ਵਿੱਚ ਉਹਨਾਂ ਦੀਆਂ ਫਲਾਈਟਾਂ ਬਕਾਇਦਾ ਤਿਆਰ ਨੇ ਮੰਤਰੀ ਉੱਥੇ ਹਾਜ਼ਰ ਬੈਠੇ ਆ ਜਿਹੜੇ ਬਿਲਕੁਲ ਇਨ ਟੱਚ ਨੇ ਭਾਰਤ ਸਰਕਾਰ ਨਾਲ ਉਹ ਦੱਸਦੇ ਆ ਕਿ ਮਤਲਬ ਇਸ ਥਾਂ ਪੂਰੇ ਇੰਨੇ ਬੰਦੇ ਇਕੱਤਰ ਹੋ ਗਏ ਉਸੇ ਵੇਲੇ ਹਿੰਦੁਸਤਾਨ ਦਾ ਹਵਾਈਜਾ ਚੱਲ ਜਾਂਦਾ ਤੇ ਉਹਨਾਂ ਨੂੰ ਲੈ ਕੇ ਵਾਪਸ ਆ ਰਿਆ ਆ ਵੀ ਰਿਹਾ ਪਿਛਲੇ ਦਿਨਾਂ ਵਿੱਚ ਤੇ ਹੋਗੂ ਵੀ ਆਉਂਦੇ ਰਹਿਣਗੇ ਇਸੇ ਤਰ੍ਹਾਂ ਇੱਕ ਸਵਾਲ ਤੁਸੀਂ ਪਹਿਲਾਂ ਪੁੱਛਣ ਲੱਗੇ ਸੀ ਜਿਹੜਾ ਵਿੱਚ ਰਹਿ ਗਿਆ ਸੁਲਤਾਨ ਬਲੋਦੀ ਬਾਰੇ ਸੁਲਤਾਨ ਬਲੋਦੀ ਦਾ ਪਛਾਈ ਨਤੀਜਾ ਕੀ ਆਇਆ ਸੀ ਸultanpur ਲੋਜੀ ਦਾ ਨਤੀਜਾ ਤੁਹਾਨੂੰ ਦੱਸਿਆ ਹੈ ਕਿ ਰਾਣਾ ਇੰਦਰ ਪ੍ਰਤਾਪ ਔਰ ਸੱਜਨ ਸਿੰਘ ਦੇ ਵਿੱਚ ਕਿਆਰ ਫਸਵੀ ਟੱਕਰਿਆ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਆਪਣੇ ਪਿਓ ਤੋਂ ਬਾਅਦ ਅਕਾਲੀ ਦਲ ਦਾ ਕੱਖ ਨਹੀਂ ਰਹਿਣ ਦਿੱਤਾ ਉਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਅਕਾਲੀ ਦਲ ਔਰ ਉਹਨਾਂ ਨੇ ਹੁਣ ਵੀ ਇੱਕ ਟਕਸਾਲੀ ਕਾਂਗਰਸੀ ਨੂੰ 5 ਕਰੋੜ ਰੁਪਇਆ ਲੈ ਕੇ ਟਿਕਟ ਦਿੱਤੀ ਏ ਔਰ ਉਹਦਾ ਸਥਾਨ ਤੀਜੇ ਨੰਬਰ ਤੇ ਆ ਰਿਹਾ ਔਰ ਚੀਮਾ ਤੇ ਮੈਂ ਚੌਥੇ ਨੰਬਰ ਲਈ ਭੱਜ ਰਿਹਾ ਹਾਂ ਔਰ ਮੈਂ ਸਮਝਦਾ ਕਿ ਸਾਡਾ ਬੜਾ ਜ਼ਬਰਦਸਤ ਮੁਕਾਬਲਾ ਚੌਥੇ ਨੰਬਰ ਲਈ ਔਰ ਬਾਕੀ ਜਿਹੜੇ ਹੋਰ ਪੰਜ ਉਮੀਦਵਾਰ ਆ ਉਹ 6ਵੇਂ 7ਵੇਂ 8ਵੇਂ 9ਵੇਂ 10ਵੇਂ ਨੰਬਰ ਤੇ ਕਰੰਬਾਰ ਰਹਿਣਗੇ